ਪੈਂਦੇ ਸਲਵੇ ਕੋਈ ਨਾ ਹਲਵੇ। ਉਹ 3 ਵਜੇ ਉੱਠੇ ਰਿਆਜ਼ ਕਰੇ ਦਾ ਜਿਹੜਾ ਅੱਜ ਮੁੱਲ ਪੈ ਰਿਹਾ ਸਰਦਾਰ ਸਾਹਿਬ, ਇਹਦਾ ਕਿੰਨਾ ਕੁ ਆਨੰਦ ਹੈ। ਜਿਹਨੇ ਖੁਦ ਜੈਨੂਅਨ ਮਿਹਨਤ ਕੀਤੀ ਹੋਵੇ ਨਾ, ਉਹਨੂੰ ਮਿਹਨਤ ਦੀ ਕਦਰ ਬਹੁਤ ਹੁੰਦੀ ਹੈ। ਉਹਦੇ ਸਾਹਮਣੇ ਜਦੋਂ ਕੋਈ ਫਿਰ ਕੋਈ ਮਜ਼ਦੂਰ ਨਿਕਲਦਾ ਜਾਂ ਕੋਈ ਕਿਰਤੀ ਲੰਘਦਾ ਤਾਂ ਉਹਨੂੰ ਪਤਾ ਹੁੰਦੀ ਹੈ ਉਹਦੇ ਪਸੀਨੇ ਦੀ ਮਹਿਕ ਦੀ ਅਹਿਮੀਅਤ। ਸੁਣ ਗੱਲ ਵੇ, ਸੁਣ ਗੱਲ। ਮੈਂ ਆਪਣੇ ਆਪ ਨੂੰ ਬਹੁਤ ਫਖਰ ਵੀ ਕਰਦਾ ਕਿ ਮੈਂ ਬਹੁਤ ਟਾਈਮਲੀ ਮਿਹਨਤ ਸ਼ੁਰੂ ਕੀਤੀ ਅਤੇ ਵਕਤ ਜ਼ਾਇਆ ਨਹੀਂ ਕੀਤਾ। ਹੁਣ ਵੀ ਮੈਨੂੰ ਜੇ ਕੋਈ ਤੁਸੀਂ ਪੁੱਛੋ ਨਾ ਤੁਹਾਨੂੰ ਸਭ ਤੋਂ ਵੱਧ ਖੁਸ਼ੀ ਕਿਹੜੀ ਚੀਜ਼ ਦਿੰਦੀ ਆ, ਮੈਂ ਕਹੂੰਗਾ ਕਿ ਜਦੋਂ ਮੈਂ ਆਪਣੇ ਟਾਈਮ ਨੂੰ ਬਹੁਤ ਹੀ ਜ਼ਿਆਦਾ ਯੂਟੀਲਾਈਜ਼ ਕਰ ਲੈਂਦਾ ਨਾ, ਕਿ ਇੱਕ ਟਾਈਮ 'ਤੇ ਜੇ ਮੇਰੇ 5 ਕੰਮ ਮੈਂ ਕਰ ਸਕਦਾ ਹੋਵਾਂ, ਇੱਕ ਦਿਨ ਦੇ ਵਿੱਚ ਮੈਂ ਬਹੁਤ ਸਾਰੀਆਂ ਚੀਜ਼ਾਂ ਨਿਪਟਾ ਲਾਂ, ਅਤੇ ਉਹ ਮੇਰੇ ਲਈ ਇੱਕ ਬਹੁਤ ਵੱਡੀ ਜੋਏ ਆ ਹਾਲੇ ਵੀ। ਚੱਲੇ ਜਾਵਾਂਗੇ ਨਾ ਮੁੜ ਆਵਾਂਗੇ। ਜਿਹਦੇ ਸ਼ੋਅ 'ਤੇ ਸੰਜੇ ਦੱਤ ਵਰਗੇ ਕਲਾਕਾਰ ਆਉਂਦੇ ਹੋਣ, ਪੂਰਾ ਮੁੰਬਈ 'ਚ ਮਤਲਬ ਕਿ ਸੈਲੀਬ੍ਰਿਟੀ ਜਿਵੇਂ ਕਪਿਲ ਸ਼ਰਮਾ ਦੀ ਮਦਰ ਹੋਰੀ ਆਏ ਹੋਏ ਸੀਗੇ, ਹੋਰ ਬਹੁਤ ਬਹੁਤ ਵੱਡੇ ਫਨਕਾਰ ਆਏ ਹੋਏ ਸੀਗੇ, ਸਰਦਾਰ ਸਾਹਿਬ ਜਿਹੜਾ ਉਸ ਟਾਈਮ ਦਾ ਉਹ ਫੀਲ ਸੀਗਾ, ਦੱਸ ਸਾਹਿਬ ਦਾ ਪਤਾ ਸੀਗਾ ਕਿ ਉਹ ਸ਼ੋਅ 'ਤੇ ਆਏ ਨੇ ਜਾਂ ਸਮਥਿੰਗ ਜਾਂ ਆਉਣਗੇ? ਨਹੀਂ, ਮੈਨੂੰ ਨਹੀਂ ਸੀ ਪਤਾ। ਉਹ ਸਡਨਲੀ ਉਹ ਤਾਂ ਜਦੋਂ ਸਟੇਜ 'ਤੇ ਐਂਟਰੀ ਹੋਏ ਅਤੇ ਓਬਵੀਅਸਲੀ ਮੇਰੇ ਲਈ ਤਾਂ ਬਹੁਤ ਹੀ ਜੋਇਸ ਮੂਮੈਂਟ ਸੀਗੀ ਉਹ, ਹੈ ਨਾ, ਜਿਹਨਾਂ ਨੂੰ ਤੁਸੀਂ ਇੰਨਾ ਸਿਨੇਮਾ 'ਤੇ ਮਾਣਿਆ, ਦੇਖਿਆ, ਇੰਨਾ ਗਲੈਮਰਸ ਕੈਰੈਕਟਰ ਆ, ਅਤੇ ਉਹ ਆਪਣੇ ਆਪ 'ਚ ਬਹੁਤ ਸੈਟਿਸਫੈਕਟਰੀ ਵੀ ਹੁੰਦਾ ਹੈ, ਅਤੇ ਤੁਹਾਨੂੰ ਇੱਕ ਬਹੁਤ ਹੀ ਸਕਸੈਸਫੁਲ ਬੀਂਗ ਹੋਣ ਦਾ ਵੀ ਫਖਰ ਹੁੰਦਾ ਕਿ ਯਾਰ ਕਿ ਤੁਸੀਂ ਕੁਛ ਅਕੰਪਲਿਸ਼ ਕੀਤਾ, ਕਿ ਇਹੋ ਜਿਹੀਆਂ ਸ਼ਖਸੀਅਤਾਂ ਤੁਹਾਡੇ ਫਨਕਾਰ, ਜਿਵੇਂ ਤੁਸੀਂ ਕਪਿਲ ਭਾਅ ਜੀ ਦੀ ਮਦਰ ਦੀ ਗੱਲ ਕੀਤੀ ਹੈ ਨਾ, ਉਹ ਸਪੈਸ਼ਲੀ ਆਏ ਸੀਗੇ ਬੋਂਬੇ। ਮੈਂ ਸਪੈਸ਼ਲੀ ਜ਼ਿਕਰ ਕਰਨਾ ਚਾਹੂੰਗਾ ਜਾਨੀ ਦਾ, ਸਾਡਾ ਹੁਣ ਨਿਊ ਈਅਰ ਕੌਂਸਰਟ ਸੀਗਾ, ਅਤੇ ਮੈਂ ਸਡਨਲੀ ਜਦੋਂ ਸਟੇਜ 'ਤੇ ਆਇਆ ਅਤੇ ਸਾਹਮਣੇ ਟੇਬਲ 'ਤੇ ਮਤਲਬ ਕਿ ਉਹ ਬੈਠੇ ਸੀ ਫੈਮਿਲੀ ਨਾਲ, ਉਹ 2 ਸਾਲ ਇਸ ਗੱਲ 'ਚ ਲੱਗੇ ਰਹੇ, ਸਾਡਾ ਮੁੰਡਾ ਇੱਕ ਲਾਡੀ ਆ ਉਹਨੂੰ, ਕਿ ਯਾਰ ਭਾਈ ਮੈਂ ਬਾਈ ਕੋਲ ਜੇ ਜਾਣਾ 15-20 ਮਿੰਟ ਲਈ ਨਹੀਂ ਜਾਣਾ, ਮੈਨੂੰ 2.5 ਘੰਟੇ ਚਾਹੀਦੇ ਘੱਟੋ ਘੱਟ, ਮੈਂ ਇੰਨੀਆਂ ਗੱਲਾਂ ਕਰਨੀਆਂ। ਅਤੇ ਉਹੀ ਗੱਲ ਹੋਈ ਪਹਿਲੀ ਵਾਰੀ ਜਦੋਂ ਆਏ ਅਤੇ ਉਹਨਾਂ ਨੇ ਆਪਣੇ ਕਾਲਜ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਕਿ ਮੈਨੂੰ ਤੁਹਾਡਾ ਇਹ ਗਾਣਾ ਯਾਦ ਆ, ਮੈਂ ਇਹ ਗਾਉਂਦਾ ਸੀ, ਮੈਂ ਇਸ ਸੋ ਇਹ ਲਿਖਿਆ, ਸੋ ਉਹ ਜਿਹੜੀ ਮੁਹੱਬਤ ਆ, ਨਿੱਘ ਹੈ ਨਾ ਇਹ ਫਨਕਾਰਾਂ ਦੇ ਵਿੱਚ ਆਪਸੀ, ਇਹ ਬੜਾ ਕੀਮਤੀ ਆ। ਐਤਕੀ ਫਿਲਮ ਜਿਹੜੀ ਆਈ ਤੁਹਾਡੀ ਹੁਣ ਅਨਾਊਂਸ ਹੋਈ ਹੈ ਸ਼ਾਇਰ, ਉਹਦੀ ਡਬਲ ਐਕਸਾਈਟਮੈਂਟ ਮੈਨੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਉਹ ਬੋਂਡ ਵਾਪਸ ਦੇਖਣ ਨੂੰ ਮਿਲੂਗਾ, ਦੂਜੀ ਗੱਲ ਇਹ ਆ ਕਿ ਦੇਬੀ ਮਖਸੂਸਪੁਰੀ ਸਾਹਿਬ ਉਹ 'ਚ ਕੰਮ ਕਰ ਰਹੇ ਹਨ, ਮੈਨੂੰ ਲੱਗਦਾ ਉਹ ਵੀ ਅਲਫਾਜ਼ਾਂ ਦੇ ਬਹੁਤ ਬਾਦਸ਼ਾਹ ਨੇ। ਇਹ ਬੋਂਡ ਬਹੁਤ ਵੱਡਾ ਆ, ਦੇਬੀ ਮਖਸੂਸਪੁਰੀ ਸਾਹਿਬ ਨੇ ਪਹਿਲਾਂ ਕਦੇ ਕੰਮ ਨਹੀਂ ਕੀਤਾ, ਮਤਲਬ ਇਹ ਪਹਿਲੀ ਵਾਰੀ ਇੱਦਾਂ ਹੋਇਆ ਕਿ ਸਰਤਾਜ ਸਾਹਿਬ ਅਤੇ ਉਹਨਾਂ ਨੂੰ ਦੇਖਣ ਦਾ ਸੁਪਨਾ ਕਿੰਨੇ ਲੋਕਾਂ ਦਾ ਪੂਰਾ ਹੋਊ। ਸਾਡੇ ਲਈ ਵੀ ਬਹੁਤ ਵੱਡੀ ਫਖਰ ਦੀ ਗੱਲ ਹੈ ਕਿ ਤੁਸੀਂ ਛੋਟੇ ਹੁੰਦਿਆਂ ਤੋਂ ਉਹਨਾਂ ਨੂੰ ਸੁਣਦੇ ਰਹੇ ਹਾਂ, ਹੈ ਨਾ, ਉਹਨਾਂ ਨੂੰ ਮਾਣਦੇ ਰਹੇ ਹੋ। ਉਹ ਇੱਕ ਤਵਾਰੀਖ ਨੇ ਸਾਡੀ ਪੰਜਾਬੀ ਮੌਸੀਕੀ ਅਤੇ ਸ਼ਾਇਰੀ ਦੀ, ਕਿ ਇੱਕ ਤਾਂ ਉਹ ਜਿੰਨੇ ਵੱਡੇ ਨੇ ਤੁਹਾਡੇ ਤੋਂ, ਜਿੰਨੇ ਸੀਨੀਅਰ ਨੇ, ਉਨੇ ਹੀ ਉਹ ਨਿਭ ਕੇ, ਮਤਲਬ ਕਿ ਉਹਨਾਂ ਨੇ ਇੰਨੀ ਦਾਤ, ਦੁਆਵਾਂ, ਤਾਰੀਫ ਜਿਹੜੀ ਮਰਜ਼ੀ। ਹਾਂ, ਇੱਕ ਚੀਜ਼ ਮੈਨੂੰ ਬਹੁਤ ਫੀਲ ਕੀਤੀ ਜਦੋਂ ਤੁਹਾਡਾ ਪਟਿਆਲੇ ਸ਼ੋਅ ਕੈਂਸਲ ਹੋਇਆ ਸੀਗਾ, ਮਤਲਬ ਜਦੋਂ ਕਿਸੇ ਕਲਾਕਾਰ ਦੇ ਹਿੱਸੇ ਚੀਜ਼ਾਂ ਆਉਂਦੇ ਨੇ ਤਾਂ ਸਭ, ਉਸ ਟਾਈਮ ਤੁਸੀਂ ਹਰਟ ਹੋਏ ਸੀ, ਕਿਉਂਕਿ ਫਸਟ ਟਾਈਮ ਇੱਦਾਂ ਹੋਇਆ। ਉਹ ਠੀਕ ਗੱਲ ਆ ਕਿ ਮੇਰੇ ਖਿਆਲ ਜਿਹੜੀ ਹਾਈ ਸੁਪਰੀਮ ਕੋਰਟ ਦੀ ਆ ਜਾਂ ਹਾਈ ਕੋਰਟ ਦੇ ਆਰਡਰਸ ਹੁੰਦੇ ਆ ਕਿ ਇੱਕ ਪਰਟੀਕੁਲਰ ਟਾਈਮ ਤੱਕ ਹੀ ਤੁਸੀਂ ਜਿਹੜਾ ਸਾਊਂਡ ਇਕਿਊਪਮੈਂਟ ਆ ਉਹ ਪਰਫੋਰਮ ਕਰ ਸਕਦੇ ਹਾਂ। ਸੋ ਉਹ ਲੀਗਲੀ ਰੋਂਗ ਨਹੀਂ ਕੋਈ ਵੀ ਚੀਜ਼ ਸੀਗੀ। ਵੀ ਜਦੋਂ ਤੁਸੀਂ ਪਰਫੋਰਮੈਂਸ ਕਰਦੇ ਹੋ, ਜਿਹੜੇ ਅਲਫਾਜ਼ ਤੁਸੀਂ ਔਨ ਦਾ ਸਪੋਟ ਤੁਸੀਂ ਬੋਲ ਦਿੰਦੇ ਹੋ ਸਰਦਾਰ ਸਾਹਿਬ, ਇਹ ਇਹ ਐਕਚੁਅਲ 'ਚ ਹੈ ਕੀ? ਮੈਨੂੰ ਲੱਗਦਾ ਜੇ ਕਿਸੇ ਨੇ ਮੇਰੀ ਸਿਰਫ ਇੱਕੋ ਇੱਕ ਖੂਬੀ ਦੱਸਣੀ ਹੋਵੇ ਨਾ, ਬੀਇੰਗ ਡਾਕਟਰ ਸਤਿੰਦਰ ਸਰਤਾਜ, ਉਹ ਹੈ ਕਿ ਮੈਂ ਬਹੁਤ ਹੀ ਫੋਕਸਡ ਹਿਊਮਨ ਆ। ਅਤੇ ਜਦੋਂ ਤੁਸੀਂ ਉੱਥੇ ਹਾਜ਼ਰ ਆ ਫਿਰ ਤੁਹਾਨੂੰ ਸਿਰਫ ਉਹੀ ਚੁਗਿਰਦਾ ਦਿਖਦਾ, ਤੁਹਾਨੂੰ ਲੱਗਦਾ ਕਿ ਇਹ ਲੋਕ ਟਿਕਟ ਲੈ ਕੇ ਤੁਹਾਡੇ ਲਈ ਆਏ ਆ। ਯੂ ਹੈਵ ਟੂ ਗਿਵ ਯੂਅਰ 1000% ਟੂ ਦੈਮ।
ਸਤਿ ਸ਼੍ਰੀ ਅਕਾਲ ਜੀ, ਮੈਂ ਸਾਹਿਲ, ਤੁਸੀਂ ਦੇਖ ਰਹੇ ਹੋ ਜੀ ਨਿਊਜ਼ 18 ਪੰਜਾਬ। ਇੱਕ ਇਨਸਾਨ, ਆਈ ਥਿੰਕ ਪੰਜਾਬ ਦਾ ਇਕਲੌਤਾ ਐਸਾ ਹੈ, ਲਾਈਕ ਹਰ ਕਲਾਕਾਰ ਨੂੰ ਮਿਲਣ ਦੀ ਉਡੀਕ ਹੁੰਦੀ ਹੈ, ਪਰ ਇਹਨਾਂ ਨੂੰ, ਇਹਨਾਂ ਦਾ ਨਾਂ ਜਦੋਂ ਵੀ ਸੁਣਦੇ ਹਾਂ, ਇਹਨਾਂ ਨੂੰ ਸੁਣਦੇ ਹਾਂ, ਹਰ ਮੁਲਾਕਾਤ ਬੇਹੱਦ ਖਾਸ ਹੋ ਜਾਂਦੀ ਹੈ ਮੇਰੇ ਨਾਲ। ਸਰਤਾਜ ਸਾਹਿਬ ਨੇ, ਸਤਿ ਸ਼੍ਰੀ ਅਕਾਲ ਸਾਹਿਬ, ਕਿਵੇਂ ਹੋ? ਚੜ੍ਹਦੀ ਕਲਾ, ਤੁਸੀਂ ਸੁਣਾਓ। ਬਹੁਤ ਵਧੀਆ, ਮੈਨੂੰ ਇੱਦਾਂ ਲੱਗਦਾ ਕਿ ਜਿਵੇਂ ਮੈਂ ਕਿਹਾ ਨਾ, ਹਰ ਇੱਕ ਮੁਲਾਕਾਤ ਸਾਡੇ ਵਾਸਤੇ ਐਂਡ ਲੋਕਾਂ ਵਾਸਤੇ ਬਹੁਤ ਖਾਸ ਹੋ ਜਾਂਦੀ ਆ। ਇਹ ਮੁਹੱਬਤ ਪਿਆਰ ਨੂੰ ਸਰਤਾਜ ਸਾਹਿਬ ਕਿਵੇਂ ਦਾ ਲੱਗਦਾ ਜਦੋਂ ਹਰ ਵਾਰੀ ਇਹ ਅਲਫਾਜ਼ ਸੁਣਨ ਨੂੰ ਮਿਲਦੇ? ਬਹੁਤ, ਮੈਨੂੰ ਲੱਗਦਾ ਕਿ ਬੀਇੰਗ ਐਨ ਆਰਟਿਸਟ ਜਿਹੜੀਆਂ ਇਹ ਚੀਜ਼ਾਂ ਨਾ, ਇਹ ਬਹੁਤ ਹੀ ਸੈਟਿਸਫੈਕਟਰੀ ਹੁੰਦੀਆਂ। ਬਾਕੀ ਚੀਜ਼ਾਂ ਵੀ ਠੀਕ ਆ ਕਿ ਤੁਸੀਂ ਫਾਈਨੈਂਸ਼ਲੀ ਗੇਨ ਕਰ ਲਿਆ, ਤੁਸੀਂ ਸ਼ੋਹਰਤ ਗੇਨ ਕਰ ਲਈ, ਵਟ ਐਵਰ ਜਿਹੜਾ ਵੀ ਤੁਸੀਂ ਹੋਰ ਫਿਨੋਮੀਨਾ ਸੋਸ਼ਲ ਮੀਡੀਆ ਦਾ ਕਹਿਣਾ, ਬਟ ਇਹ ਜਿਹੜਾ ਫਰਜ਼ ਕਰੋ, ਜਿੱਦਾਂ ਇੱਕ ਦਿਨ ਮੈਂ ਛੋਟੀ ਜਿਹੀ ਗੱਲ ਦੱਸਦਾ ਕਿ ਸਟੇਜ 'ਤੇ ਬੈਠੇ ਸੀ ਅਸੀਂ, ਮੇਰੇ ਮਿਊਜ਼ੀਸ਼ੀਅਨ ਨੇ ਫਰਮਾਇਸ਼ ਕਰਤੀ, ਕਿਆ ਬਾਤ ਹੈ, ਇਸ ਤੋਂ ਖੂਬਸੂਰਤ ਕੁਛ ਗੱਲ ਨਹੀਂ ਹੋ ਸਕਦੀ ਕਿ ਤੁਹਾਡੇ ਨਾਲ ਜਿਹੜੇ ਰੋਜ਼ ਸਾਜ਼ ਵਜਾਉਂਦੇ ਆ, ਉਹ ਹੋ ਸਕਦਾ ਉਹ ਰੁੱਖ ਸਾਹਿਬ ਨੂੰ ਜੋਬ ਦੀ ਤਰ੍ਹਾਂ ਲੈਂਦੇ ਹੋਣ, ਬਟ ਉਹਨਾਂ ਦਾ ਫਰਮਾਇਸ਼ ਕਰਨਾ ਇਹੋ ਜਿਹੀ ਗੱਲ ਹੈ ਜਿਵੇਂ ਹੁਣ ਤੁਸੀਂ ਇੰਟਰਵਿਊਅਰ ਹੋ, ਪਰ ਤੁਸੀਂ ਇੱਦਾਂ ਮਿਲਦੇ ਹੋ ਇੱਦਾਂ ਨਿੱਘ ਨਾਲ ਜਿਵੇਂ ਕੋਈ ਐਡਮਾਇਰਰ ਮਿਲਦਾ ਹੁੰਦਾ। ਸੋ ਇਹ ਬੀਇੰਗ ਐਨ ਆਰਟਿਸਟ, ਦਿਸ ਇਜ਼ ਸੱਚ ਐਨ ਅਕੰਪਲਿਸ਼ਮੈਂਟ ਕਿ ਇਹ ਬੜੀ ਨਿਆਮਤ ਨਾਲ, ਬੜੀ ਖੁਸ਼ਕਿਸਮਤੀ ਨਾਲ ਹਿੱਸੇ ਆਉਂਦੀ ਹੈ, ਅਤੇ ਮੈਂ ਇਹਨੂੰ ਬਹੁਤ ਸਾਂਭ ਕੇ ਵੀ ਰੱਖਦਾ, ਸਜੋ ਕੇ ਵੀ ਰੱਖਦਾ, ਅਤੇ ਇਹਦੇ ਲਈ ਕਾਰਜ ਵੀ ਇੱਦਾਂ ਦੇ ਕਰਦਾ ਰਹਿੰਦਾ। ਮੈਂ ਨਾ ਇੱਕ ਪਿਛਲੇ ਇੱਕ ਆਰਟਿਸਟ ਨਾਲ ਇੰਟਰਵਿਊ ਕੀਤੀ ਸੀਗੀ, ਉਹਨਾਂ ਨੇ ਤੁਹਾਡਾ ਜ਼ਿਕਰ ਕੀਤਾ ਸੀਗਾ, ਗੱਲ ਮੈਨੂੰ ਸੁਣਨ ਨੂੰ ਮਿਲੀ ਜਿਹੜੀ ਕਿ ਬੇਸ਼ੱਕ ਉਹ ਲੋਕਾਂ ਨੇ ਸੁਣੀ ਹੋਏਗੀ, ਬਟ ਮੈਂ ਉਸ ਟਾਈਮ ਸੁਣੀ। ਕਹਿੰਦੇ ਸਤਿੰਦਰ ਸਰਤਾਜ ਹੋਰੀ ਪੰਜਾਬ ਯੂਨੀਵਰਸਿਟੀ 'ਚ ਜਦੋਂ ਪੜ੍ਹਦੇ ਸੀਗੇ, ਰਹਿੰਦੇ ਸੀਗੇ, ਕਹਿੰਦੇ ਉਸ ਟਾਈਮ ਜਿਹੜਾ ਰੂਮਮੇਟ ਸੀਗਾ ਉਹਨੂੰ ਕਹਿੰਦੇ ਸੀਗੇ ਕਿ ਤੂੰ ਮੇਰੇ ਨਾਲ ਸੋਚ ਸਮਝ ਕੇ ਸੌਵੀਂ, ਕਿਉਂਕਿ ਮੈਂ 3 ਵਜੇ ਰਿਆਜ਼ ਕਰਨਾ ਹੁੰਦਾ ਤਾਨਪੁਰਾ ਲਾ ਕੇ, ਅਤੇ ਤੂੰ ਆਪਣਾ ਦੇਖੀ ਕਿਤੇ ਮੇਰੇ ਨਾਲ ਡਿਸਟਰਬ ਨਾ ਹੋ ਜਾਈ, ਜੇ ਤੂੰ ਜਾਣਾ ਤਾਂ ਜਾ, ਮੇਰਾ 3 ਵਜੇ ਉੱਠਣਾ ਜ਼ਰੂਰੀ ਹੈ। ਉਹ 3 ਵਜੇ ਉੱਠੇ ਰਿਆਜ਼ ਕਰੇ ਦਾ ਜਿਹੜਾ ਅੱਜ ਮੁੱਲ ਪੈ ਰਿਹਾ ਸਰਦਾਰ ਸਾਹਿਬ, ਇਹਦਾ ਕਿੰਨਾ ਕੁ ਆਨੰਦ ਹੈ? ਬਹੁਤ ਜ਼ਿਆਦਾ। ਮੈਂ ਕਹਿੰਦਾ ਹੁੰਦਾ ਕਿ ਜਿਹਨਾਂ ਜ਼ਿੰਦਗੀ 'ਚ ਮਿਹਨਤਾਂ ਦੀ ਕੀਤੀ ਹੈ ਕਮਾਈ, ਕਦੀ ਟੋਕਰਾ ਚੁਕਾ ਕੇ ਝੱਗਾ ਝਾੜਦੇ ਨਹੀਂ ਹੁੰਦੇ, ਜਿਹਨਾਂ ਮਾਲੀ ਵਾਂਗੂ ਪਾਇਆ ਹੋਵੇ ਸਬਰਾਂ ਦਾ ਪਾਣੀ, ਕਦੀ ਫਲਾਂ ਲੱਦੇ ਬੂਟੇ ਨੂੰ ਉਜਾੜਦੇ ਨਹੀਂ ਹੁੰਦੇ, ਜਿਹਨੇ ਖੁਦ ਜੈਨੂਅਨ ਮਿਹਨਤ ਕੀਤੀ ਹੋਵੇ ਨਾ, ਉਹਨੂੰ ਮਿਹਨਤ ਦੀ ਕਦਰ ਬਹੁਤ ਹੁੰਦੀ ਹੈ। ਉਹਦੇ ਸਾਹਮਣੇ ਜਦੋਂ ਕੋਈ ਫਿਰ ਕੋਈ ਮਜ਼ਦੂਰ ਨਿਕਲਦਾ ਜਾਂ ਕੋਈ ਕਿਰਤੀ ਲੰਘਦਾ, ਤਾਂ ਉਹਨੂੰ ਪਤਾ ਹੁੰਦੀ ਹੈ ਉਹਦੇ ਪਸੀਨੇ ਦੀ ਮਹਿਕ ਦੀ ਅਹਿਮੀਅਤ, ਹੈ ਨਾ, ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾ 'ਚੋਂ, ਹੈ ਨਾ, ਜਿਸ ਨਾਲ ਆਉਂਦਾ ਮੁੜਕਾ ਉਸ ਜ਼ੋਰ ਦੇ ਨੇ ਅੱਖਰ। ਸੋ ਮੇਰਿਆਂ ਲਫਜ਼ਾਂ ਦੇ ਵਿੱਚ ਹਮੇਸ਼ਾ ਮਿਹਨਤ ਕਸ਼ ਲੋਕਾਂ ਦਾ ਮੈਂ ਲਿਖਣਾ ਚਾਹੁੰਦਾ ਹਾਂ, ਕੋਈ ਦਰਦ ਗਰੀਬਾਂ ਦਾ, ਜਿਹਨਾਂ ਨਾਲ ਪੈ ਗਿਆ, ਕੋਈ ਵੈਰ ਨਸੀਬਾਂ ਦਾ, ਜਿੰਨਾ ਮਰਜ਼ੀ ਤੁਸੀਂ ਮਤਲਬ ਕਿ ਫਰੋਲੀ ਜਾਓਗੇ ਤੁਹਾਨੂੰ ਉਹ ਚੀਜ਼ਾਂ ਨਿਕਲ ਲੈਣੀਆਂ। ਹਾਲਾਂਕਿ ਇਹਦੇ ਵਿੱਚੋਂ ਕਈ ਬੰਦੇ ਨੂੰ ਕਮਿਊਨਿਜ਼ਮ ਦੀ, ਮਾਰਕਸਿਜ਼ਮ ਦੀ ਮਹਿਕ ਆ ਸਕਦੀ ਹੈ, ਪਰ ਮੈਂ ਇਹਨੂੰ ਹਮੇਸ਼ਾ ਹਿਊਮੈਨਿਟੀ ਕਹਿੰਦਾ, ਮੈਂ ਇਹਨੂੰ ਹਿਊਮੈਨਿਟੀ ਦਾ ਰਿਲੀਜਨ ਕਹਿੰਦਾ। ਜਦੋਂ ਤੁਸੀਂ ਇੱਕੋ ਪਾਸੇ ਲੱਗਿਆ ਰਹੋ, ਘਰ ਦੇ ਰਿਹਾ ਹਨੇਰ ਨਹੀਂ, ਉਹ ਰੱਬ ਦੇ, ਤੇਰਾ ਵੀ ਨਸੀਬ ਬਦਲੂ, ਹੱਕ ਜੀ ਨੇ ਸਰਤਾਜ ਦਿੱਤੇ ਸਭ ਦੇ, ਤੂੰ ਸੋਧ ਕਲਾਕਾਰੀ ਆਪਣੀ, ਜਿਵੇਂ ਫੱਟੀ 'ਤੇ ਤਖਾਣ ਮਾਰੇ ਰਹਿੰਦੇ ਨੂੰ, ਦਿਨ ਲੰਘੇ ਹੱਸ ਖੇਡ ਕੇ, ਹੋਰ ਚਾਹੀਦਾ ਵੀ ਕੀ ਹੈ ਦੱਸੋ ਬੰਦੇ ਨੂੰ, ਪੁੱਛੋ ਜਾ ਕੇ ਹਾਲਤਾਂ ਜ਼ਰਾ ਜ਼ਰੂਰ ਲੱਗ ਗਈ ਨਜ਼ਰ ਜੀ ਦੇ ਤੰਦੇ ਨੂੰ। ਸੋ ਮੈਂ ਹਮੇਸ਼ਾ ਇਸ ਗੱਲ ਦਾ, ਮੈਂ ਆਪਣੇ ਆਪ ਨੂੰ ਬਹੁਤ ਫਖਰ ਵੀ ਕਰਦਾ ਕਿ ਮੈਂ ਬਹੁਤ ਟਾਈਮਲੀ ਮਿਹਨਤ ਸ਼ੁਰੂ ਕੀਤੀ ਅਤੇ ਵਕਤ ਜ਼ਾਇਆ ਨਹੀਂ ਕੀਤਾ, ਮਤਲਬ ਕਿ ਮਿਨਟਸ ਦੇ ਹਿਸਾਬ ਨਾਲ। ਹੁਣ ਵੀ ਮੈਨੂੰ ਜੇ ਕੋਈ ਤੁਸੀਂ ਪੁੱਛੋ ਨਾ, ਤੁਹਾਨੂੰ ਸਭ ਤੋਂ ਵੱਧ ਖੁਸ਼ੀ ਕਿਹੜੀ ਚੀਜ਼ ਦਿੰਦੀ ਆ, ਮੈਂ ਕਹੂੰਗਾ ਕਿ ਜਦੋਂ ਮੈਂ ਆਪਣੇ ਟਾਈਮ ਨੂੰ ਬਹੁਤ ਹੀ ਜ਼ਿਆਦਾ ਯੂਟੀਲਾਈਜ਼ ਕਰ ਲੈਂਦਾ ਨਾ, ਕਿ ਇੱਕ ਟਾਈਮ 'ਤੇ ਜੇ ਮੇਰੇ 5 ਕੰਮ ਮੈਂ ਕਰ ਸਕਦਾ ਹੋਵਾਂ, ਇੱਕ ਦਿਨ ਦੇ ਵਿੱਚ ਮੈਂ ਬਹੁਤ ਸਾਰੀਆਂ ਚੀਜ਼ਾਂ ਨਿਪਟਾ ਲਾਂ, ਅਤੇ ਉਹ ਮੇਰੇ ਲਈ ਇੱਕ ਬਹੁਤ ਵੱਡੀ ਜੋਏ ਆ ਹਾਲੇ ਵੀ। ਮੈਨੂੰ ਪਤਾ ਕੀ ਲੱਗਦਾ, ਇਸੇ ਗੱਲ ਤੋਂ ਰਿਲੇਟ ਕਰਕੇ ਮੈਂ ਕਿਹਾ ਵੀ ਜਿਹਦੇ ਸ਼ੋਅ 'ਤੇ ਸੰਜੇ ਦੱਤ ਵਰਗੇ ਕਲਾਕਾਰ ਆਉਂਦੇ ਹੋਣ,
ਪੂਰਾ ਮੁੰਬਈ 'ਚ ਮਤਲਬ ਕਿ ਸੈਲੀਬ੍ਰਿਟੀ ਜਿਵੇਂ ਕਪਿਲ ਸ਼ਰਮਾ ਦੀ ਮਦਰ ਹੋਰੀ ਆਏ ਹੋਏ ਸੀਗੇ, ਹੋਰ ਬਹੁਤ ਬਹੁਤ ਵੱਡੇ ਫਨਕਾਰ ਆਏ ਹੋਏ ਸੀਗੇ, ਇਹੋ ਜਿਹੇ ਲੋਕ ਤੁਹਾਡਾ ਸ਼ੋਅ ਅਟੈਂਡ ਕਰ ਰਹੇ ਨੇ, ਮੈਨੂੰ ਇੱਦਾਂ ਲੱਗਦਾ ਕਿ ਉਹ 3 ਵਜੇ ਉੱਠੇ ਦੀ ਮਿਹਨਤ ਵੀ ਸਫਲ ਹੋਈ ਹੈ। ਕਲਾਕਾਰ ਦੀ ਜ਼ਿੰਦਗੀ 'ਚ ਜਿਹੜੀ ਚੀਜ਼ ਇਹ ਹਿੱਸੇ ਆਈ ਹੈ ਨਾ ਕਿ ਇੰਨੇ ਵੱਡੇ ਵੱਡੇ ਫਨਕਾਰ ਉਹਨਾਂ ਦੇ ਸ਼ੋਅ 'ਤੇ ਆ ਰਹੇ ਨੇ, ਮੇਰੇ ਖਿਆਲ ਤੋਂ ਇਸ ਤੋਂ ਵੱਡੀ ਮੂਵਮੈਂਟ ਕੋਈ ਨਹੀਂ ਹੋ ਸਕਦੀ। ਸਰਤਾਜ ਸਾਹਿਬ, ਜਿਹੜਾ ਉਸ ਟਾਈਮ ਦਾ ਉਹ ਫੀਲ ਸੀਗਾ, 10 ਸਾਹਿਬ ਦਾ ਪਤਾ ਸੀਗਾ ਕਿ ਉਹ ਸ਼ੋਅ 'ਤੇ ਆਏ ਨੇ ਜਾਂ ਸਮਥਿੰਗ ਜਾਂ ਆਉਣਗੇ? ਨਹੀਂ, ਮੈਨੂੰ ਨਹੀਂ ਸੀ ਪਤਾ। ਉਹ ਸਡਨਲੀ ਉਹ ਤਾਂ ਜਦੋਂ ਸਟੇਜ 'ਤੇ ਐਂਟਰੀ ਹੋਏ ਤਾਂ ਓਬਵੀਅਸਲੀ ਮੇਰੇ ਲਈ ਤਾਂ ਬਹੁਤ ਹੀ ਜੋਇਸ ਮੂਵਮੈਂਟ ਸੀਗੀ ਉਹ, ਹੈ ਨਾ, ਜਿਹਨਾਂ ਨੂੰ ਤੁਸੀਂ ਇੰਨਾ ਸਿਨੇਮਾ 'ਤੇ ਮਾਣਿਆ, ਦੇਖਿਆ, ਇੰਨਾ ਗਲੈਮਰਸ ਕੈਰੈਕਟਰ ਆ, ਅਤੇ ਉਹ ਆਪਣੇ ਆਪ 'ਚ ਬਹੁਤ ਸੈਟਿਸਫੈਕਟਰੀ ਵੀ ਹੁੰਦਾ ਹੈ, ਅਤੇ ਤੁਹਾਨੂੰ ਇੱਕ ਬਹੁਤ ਹੀ ਸਕਸੈਸਫੁਲ ਬੀਂਗ ਹੋਣ ਦਾ ਵੀ ਫਖਰ ਹੁੰਦਾ ਕਿ ਯਾਰ ਕਿ ਤੁਸੀਂ ਕੁਛ ਅਕੰਪਲਿਸ਼ ਕੀਤਾ, ਕਿ ਇਹੋ ਜਿਹੀਆਂ ਸ਼ਖਸੀਅਤਾਂ ਤੁਹਾਡੇ ਫਨ, ਜਿਵੇਂ ਤੁਸੀਂ ਕਪਿਲ ਭਾਅ ਜੀ ਦੀ ਮਦਰ ਦੀ ਗੱਲ ਕੀਤੀ ਹੈ ਨਾ, ਉਹ ਸਪੈਸ਼ਲੀ ਆਏ ਸੀਗੇ ਬੋਂਬੇ, ਜਾਂ ਹੁਣ ਸਾਡੀ ਇੰਡਸਟਰੀ 'ਚ ਵੀ ਕਈ ਵਾਰੀ ਸਾਡੇ ਆਪਣੇ ਜਿਹੜੇ ਮੁੰਡੇ ਨੇ, ਕੁੜੀਆਂ ਨੇ, ਚਾਹੇ ਉਹ ਜੀ ਸੀਨੀਅਰ ਹੈ ਜਾਂ ਜੂਨੀਅਰ ਹੈ, ਉਹ ਇੰਨਾ ਤੁਹਾਨੂੰ ਮਾਣ ਪਿਆਰ ਦਿੰਦੇ ਆ ਸਟੇਜ 'ਤੇ ਆ ਕੇ। ਮੈਂ ਦੇਖਦਾ ਹੁੰਦਾ, ਮੈਂ ਕਿਹਾ ਵੀ ਇੱਥੇ ਸਾਰੇ ਕਲਾਕਾਰ ਨੇ ਆਪਣੀ ਇੰਡਸਟਰੀ 'ਚ, ਸਿੰਗਰ ਕੋਈ ਦੂਜੇ ਸਿੰਗਰ ਨੂੰ ਘੱਟ ਸ਼ੋਅ ਲਵਾਉਂਦੇ ਨੇ, ਹੈ ਨਾ, ਕਿਸੇ ਦਾ ਵੀ ਸ਼ੋਅ ਲਵਾਉਂਦੇ ਨੇ, ਪਰ ਸਰਤਾਜ ਸਾਹਿਬ ਮੇਰੇ ਖਿਆਲ ਤੋਂ ਹਰ ਇੱਕ ਕਲਾ, ਮੋਸਟਲੀ ਕਲਾਕਾਰਾਂ ਦੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਕਹਿੰਦੇ ਨੇ, ਕਹਿੰਦੇ ਕਿਹਦਾ ਹੋਣਾ, ਕਹਿੰਦੇ ਸਰਤਾਜ ਸਾਹਿਬ ਨੂੰ ਬੁਲਾਉਣਾ। ਮੈਂ ਸਪੈਸ਼ਲੀ ਜ਼ਿਕਰ ਕਰਨਾ ਚਾਹੂੰਗਾ ਜਾਨੀ ਦਾ, ਸਾਡਾ ਹੁਣ ਨਿਊ ਈਅਰ ਕੌਂਸਰਟ ਸੀਗਾ, ਅਤੇ ਮੈਂ ਸਡਨਲੀ ਜਦੋਂ ਸਟੇਜ 'ਤੇ ਆਇਆ ਅਤੇ ਸਾਹਮਣੇ ਟੇਬਲ 'ਤੇ ਮਤਲਬ ਕਿ ਉਹ ਬੈਠੇ ਸੀ ਫੈਮਲੀ ਨਾਲ, ਅਤੇ ਮੈਨੂੰ ਜਿੱਦਾਂ ਨਾ ਸਭ ਤੋਂ ਪਹਿਲਾਂ ਮੈਂ ਉਹਨਾਂ ਦੀ ਰੈਕੋਗਨੀਸ਼ਨ ਕੀਤੀ ਕਿ ਮੈਂ ਕਿਹਾ ਯਾਰ ਕਿ ਇਟਸ ਸੱਚ। ਔਰ ਉਹ ਹਾਲਾਂਕਿ ਤੁਹਾਨੂੰ ਜਿੰਨੇ ਵੀ ਲੋਕ ਮਿਲਦੇ ਆ, ਗੁਰੂ ਜਿਵੇਂ ਦਿੱਲੀ ਹੁੰਦੇ ਆ ਜਾਂ ਕਦੀ ਉਹਨਾਂ ਨੇ ਮਿਲਣਾ, ਆਪਣੀ ਇੰਡਸਟਰੀ 'ਚ ਤਾਂ ਸਾਰੇ ਜਿੰਨੇ ਲਾ ਲਓ, ਅਤੇ ਜਾਨੀ ਹੁਣੀ ਇੰਨੀ ਫਿਦਾ ਹੋ ਕੇ ਮਿਲੇ, ਅਤੇ ਮੇਰੇ ਜਿਹੜੇ ਕਿ ਤੁਹਾਡੇ ਦਿਲ 'ਚ ਕੋਈ ਘਰ ਕਰ ਜਾਂਦਾ ਕਿ ਯਾਰ ਕਿ ਕੋਈ ਬੰਦਾ ਤੁਹਾਨੂੰ ਇੰਨੀ ਮੁਹੱਬਤ ਦੇ ਨਾਲ, ਉਹਨਾਂ ਨੇ ਉਹ 2 ਸਾਲ ਇਸ ਗੱਲ 'ਚ ਲੱਗੇ ਰਹੇ, ਸਾਡਾ ਮੁੰਡਾ ਇੱਕ ਲਾਡੀ ਆ ਉਹਨੂੰ ਕਿ ਯਾਰ ਫਿਰ ਮੈਂ ਬਾਈ ਕੋਲ ਜੇ ਜਾਣਾ 15-20 ਮਿੰਟ ਲਈ ਨਹੀਂ ਜਾਣਾ, ਮੈਨੂੰ 2.5 ਘੰਟੇ ਚਾਹੀਦੇ ਘੱਟੋ ਘੱਟ, ਮੈਂ ਇੰਨੀਆਂ ਗੱਲਾਂ ਕਰਨੀਆਂ। ਅਤੇ ਉਹੀ ਗੱਲ ਹੋਈ ਪਹਿਲੀ ਵਾਰੀ ਜਦੋਂ ਆਏ ਤਾਂ ਉਹਨਾਂ ਨੇ ਆਪਣੇ ਕਾਲਜ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਕਿ ਮੈਨੂੰ ਤੁਹਾਡਾ ਇਹ ਗਾਣਾ ਯਾਦ ਆ, ਮੈਂ ਇਹ ਗਾਉਂਦਾ ਸੀ, ਮੈਂ ਇਹ ਸੋਈ ਲਿਖਿਆ। ਸੋ ਉਹ ਜਿਹੜੀ ਮੁਹੱਬਤ ਆ, ਨਿੱਘ ਹੈ ਨਾ ਇਹ ਫਨਕਾਰਾਂ ਦੇ ਵਿੱਚ ਆਪਸੀ, ਇਹ ਬੜਾ ਕੀਮਤੀ ਆ, ਅਤੇ ਮੈਂ ਇਹਦੀ ਇੰਨੀ ਕੁ ਜ਼ਿਆਦਾ ਕਦਰ ਕਰਦਾ ਇਸ ਚੀਜ਼ ਦੀ। ਅਤੇ ਔਰ ਮੈਂ ਦਿਲੋਂ ਇਹ ਗੱਲ ਕਹਿੰਦਾ ਕਿ ਮੈਂ ਹਰ ਬੰਦੇ ਦੀ ਵਡਿਆਈ ਦੀ, ਸਕਸੈਸ ਦੀ ਦੁਆ ਕਰਦਾ, ਉੱਥੇ ਖੁਸ਼ ਹੁੰਦਾ, ਉਹਦੀਆਂ ਚੰਗਿਆਈਆਂ ਨੂੰ ਦੇਖਦਾ, ਯਾਰ ਕਿ ਇਹਨੂੰ ਮਾਣੋ, ਇਹ ਇਹਨੇ ਇਹ ਆਹ ਸੋਹਣਾ ਲਿਖਿਆ, ਇਹਨੇ ਆਹ ਸੋਹਣਾ ਗਾਇਆ, ਇਹਨੇ ਆਹ ਕਰੈਕਟਰ ਸੋਹਣਾ ਕੀਤਾ, ਇਹਨੇ ਐਕਟ ਵਧੀਆ ਕੀਤਾ। ਹਾਲਾਂਕਿ ਮੈਂ ਇਹਨਾਂ ਸੋਸ਼ਲ ਮੀਡੀਆ 'ਤੇ ਨਹੀਂ ਹੁੰਦਾ, ਪਰ ਜਿੰਨਾ ਕੁ ਮੈਨੂੰ ਦਿਖ ਜਾਂਦਾ ਉਹਦੇ ਹਿਸਾਬ ਨਾਲ, ਜੇ ਕੋਈ ਮੈਨੂੰ ਬੰਦਾ ਮਿਲਦਾ ਤਾਂ ਮੈਨੂੰ ਉਹ ਉਨਾ ਚੰਗਾ ਲੱਗਦਾ। ਜਦੋਂ ਸਰਤਾਜ ਸਾਹਿਬ ਤੁਹਾਡੀ ਫਿਲਮ, ਯੂਨੋ, ਪਹਿਲਾਂ ਜਿਹੜੀ ਨੀਰੂ ਬਾਜਵਾ ਮੈਮ ਹੋਰਾਂ ਨਾਲ ਆਈ ਸੀਗੀ, ਐਤਕੀ ਫਿਲਮ ਜਿਹੜੀ ਆਈ ਤੁਹਾਡੀ ਹੁਣ ਅਨਾਊਂਸ ਹੋਈ ਹੈ ਸ਼ਾਇਰ, ਉਹਦੀ ਡਬਲ ਐਕਸਾਈਟਮੈਂਟ, ਮੈਨੂੰ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਉਹ ਬੋਂਡ ਵਾਪਸ ਦੇਖਣ ਨੂੰ ਮਿਲੂਗਾ, ਦੂਜੀ ਗੱਲ ਇਹ ਆ ਕਿ ਦੇਬੀ ਮਖਸੂਸਪੁਰੀ ਸਾਹਿਬ ਉਹ 'ਚ ਕੰਮ ਕਰ ਰਹੇ ਨੇ, ਮੈਨੂੰ ਲੱਗਦਾ ਉਹ ਵੀ ਅਲਫਾਜ਼ਾਂ ਦੇ ਬਹੁਤ ਬਾਦਸ਼ਾਹ ਨੇ, ਅਤੇ ਤੁਸੀਂ ਵੀ ਇੱਥੇ ਅਲਫਾਜ਼ਾਂ ਦੇ ਬਾਦਸ਼ਾਹ ਹੀ ਹੋ। ਮੈਨੂੰ ਇੱਦਾਂ ਲੱਗਦਾ ਕਿ ਚਲੋ ਜਦੋਂ ਦੋ ਸ਼ਾਇਰ ਇਕੱਠੇ ਹੋਏ ਨੇ, ਮੈਂ ਜ਼ਰੂਰ ਉਹ ਜਾਣਨਾ ਚਾਹੂੰਗਾ ਕਿ ਜਦੋਂ ਦੋ ਸ਼ਾਇਰ ਇਕੱਠੇ ਹੋਏ ਸੀਗੇ ਸੈੱਟ 'ਤੇ, ਉਹ ਮਾਹੌਲ ਕਿਵੇਂ ਲੱਗਦਾ ਸੀਗਾ, ਕਿਤੇ ਕੋਈ ਦਿਲ ਦੀ ਗੱਲ ਇੱਦਾਂ ਦੀ ਸ਼ੇਅਰ ਹੋਈ, ਕਿਉਂਕਿ ਇਹ ਬੌਂਡ ਬਹੁਤ ਵੱਡਾ ਆ, ਦੇਬੀ ਮਖਸੂਸਪੁਰੀ ਸਾਹਿਬ ਨੇ ਪਹਿਲਾਂ ਕਦੇ ਕੰਮ ਨਹੀਂ ਕੀਤਾ, ਮਤਲਬ ਇਹ ਪਹਿਲੀ ਵਾਰੀ ਇੱਦਾਂ ਹੋਇਆ ਕਿ ਸਰਤਾਜ ਸਾਹਿਬ ਅਤੇ ਉਹਨਾਂ ਨੂੰ ਦੇਖਣ ਦਾ ਸੁਪਨਾ ਕਿੰਨੇ ਲੋਕਾਂ ਦਾ ਪੂਰਾ ਹੋਊਗਾ। ਨਹੀਂ 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 ਸਾਡੇ ਲਈ ਵੀ ਬਹੁਤ ਵੱਡੀ ਫਖਰ ਦੀ ਗੱਲ ਹੈ ਕਿ ਤੁਸੀਂ ਛੋਟੇ ਹੁੰਦਿਆਂ ਤੋਂ ਉਹਨਾਂ ਨੂੰ ਸੁਣਦੇ ਰਹੇ ਹਾਂ, ਹੈ ਨਾ, ਉਹਨਾਂ ਨੂੰ ਮਾਣਦੇ ਰਹੇ ਹੋ। ਉਹ ਇੱਕ ਤਵਾਰੀਖ ਨੇ ਸਾਡੀ ਪੰਜਾਬੀ ਮੌਸੀਕੀ ਅਤੇ ਸ਼ਾਇਰੀ ਦੀ, ਜਿਵੇਂ ਵਾਰਸ ਭਾਅ ਜੀ ਹੋਣੀ ਹੁੰਦੀ ਸੀ, ਉਹਨਾਂ ਤੋਂ ਸ਼ੁਰੂ ਗੱਲ ਹੋਈ, ਉਹ ਸਾਡੇ ਇਲਾਕੇ 'ਚ ਹੁੰਦੇ ਸੀ, ਕਿਉਂਕਿ ਸਾਡੀ ਬੈਕਗਰਾਊਂਡ ਉੱਧਰਲੀ ਆ, ਉਹ ਵੀ ਇੱਕ ਸੀਗੀ।
ਅਤੇ ਇਹ ਕੋਇੰਸੀਡੈਂਸ ਸਾਡਾ ਮੁੰਡਾ ਜਿਹੜਾ ਜਗਦੀਪ ਹੈ ਰਾਈਟਰ ਉਹਦੇ ਰਿਲੇਸ਼ਨ 'ਚ ਵੀ ਸੀਗੇ ਉਹ, ਅਤੇ ਉਹ ਗੱਲ ਹੋਈ ਅਤੇ ਜਦੋਂ ਸੈੱਟ 'ਤੇ ਆਏ ਅਤੇ ਮੈਂ ਜਿੱਦਾਂ ਹੁਣੇ ਤੁਹਾਨੂੰ ਪਹਿਲੇ ਜਾਣੀ ਹੁਣਾਂ ਦੀ ਗੱਲ ਕੀਤੀ, ਅਤੇ ਭਾਅ ਜੀ ਹੁਣਾਂ ਦੀ ਜੇ ਗੱਲ ਕਰਾਂ ਉਹ ਉਸ ਤੋਂ ਵੀ ਵੱਡੀ ਹੈਗੀ ਆ ਕਿ ਇੱਕ ਤਾਂ ਉਹ ਜਿੰਨੇ ਵੱਡੇ ਨੇ ਤੁਹਾਡੇ ਤੋਂ ਜਿੰਨੇ ਸੀਨੀਅਰ ਨੇ ਉਨੇ ਹੀ ਉਹ ਨਿਭ ਕੇ, ਮਤਲਬ ਕਿ ਉਹਨਾਂ ਨੇ ਇੰਨੀ ਦਾਤ ਦੁਆਵਾਂ ਤਾਰੀਫ ਜਿਹੜੀ ਮਰਜ਼ੀ, ਹਾਂ ਅਤੇ ਸਾਰੇ ਸਰਕਲ ਦੇ ਵਿੱਚ ਬੈਠ ਕੇ, ਹਾਲਾਂਕਿ ਮੇਰਾ ਉਦਣ ਸ਼ੂਟ ਖਤਮ ਹੋਇਆ ਜੀ ਸਵੇਰੇ 4:45 ਅਤੇ ਅਗਲੇ ਦਿਨ ਮੇਰਾ ਸ਼ੋਅ ਸੀਗਾ ਸ਼ਾਇਦ ਜੰਮੂ, ਨਹੀਂ ਨਹੀਂ ਉਸ ਤੋਂ ਪਹਿਲਾਂ ਇੱਕ ਰਸਤੇ 'ਚ ਅਸੀਂ ਸ਼ੋਅ ਕਰਨਾ ਸੀ ਗੁਰਦਾਸਪੁਰ, ਅਗਲੇ ਦਿਨ ਜੰਮੂ ਸੀਗਾ ਮੈਂ ਜਾਣਾ ਸੀ, ਅਤੇ ਸਵੇਰੇ 4:45 ਵੱਜ ਗਏ ਮਤਲਬ ਇੰਨੀਆਂ ਉਹ ਚੀਜ਼ਾਂ ਹੋਈਆਂ। ਕਿਆ ਬਾਤ ਹੈ। ਐਂਡ ਡੈਫੀਨੇਟਲੀ ਅੱਜ ਆਪਾਂ ਜਿਸ ਬਾਬਤ ਮਿਲੇ ਹਾਂ, ਮੁਲਾਕਾਤ ਹੋਈ ਆ, ਉਹਦੇ ਬਾਰੇ ਵੀ ਗੱਲ ਕਰਦੇ ਹਾਂ। ਉਡਾਰੀਆਂ ਦੇ ਸੈੱਟ 'ਤੇ ਤੁਸੀਂ ਅੱਜ ਆਏ ਹੋ, ਇੰਡੀਆ ਪਾਕਿਸਤਾਨ ਦਾ ਸੀਨ ਚੱਲ ਰਿਹਾ, ਹਾਲਾਂਕਿ ਇਹ ਗੱਲ ਦੱਸੀ ਗਈ ਹੈ ਕਿ ਮੈਂਸ਼ਨ ਕਰਨੀ ਹੈ ਤਾਂ ਲਓ ਜੀ ਮੈਂਸ਼ਨ ਕਰਤੀ, ਜ਼ਰੂਰ ਹੁਣ ਇਹਦੇ ਬਾਰੇ ਕੁਛ ਦੱਸੋ। ਤੁਸੀਂ ਤੁਹਾਡਾ ਅੱਜ ਗਾਣਾ ਪਰਫੋਰਮ ਤੁਸੀਂ ਕਰਨ ਲੱਗੇ ਹੋ, ਇੱਥੇ ਸੀਨ ਆ ਤੁਹਾਡਾ? ਹਾਂਜੀ ਹਾਂਜੀ, ਨਹੀਂ ਉਹ ਸਡਨਲੀ ਜਿੱਦਾਂ ਓਬਵੀਅਸਲੀ ਇਹ ਸਾਡਾ ਕਿੱਕ ਸਟਾਰਟ ਵੀ ਹੈਗਾ ਸਾਡੀ ਫਿਲਮ ਦੇ ਪ੍ਰਮੋਸ਼ਨ ਦਾ, ਅਤੇ ਸਾਡੀ ਜਿਹੜੀ ਇੰਡਸਟਰੀ 'ਚੋਂ ਆ ਜਿਵੇਂ ਸਰਗਨ ਹੁਣੀ ਇਸ ਚੀਜ਼ ਦੇ ਨਾਲ ਤਾਲੁਕ ਰੱਖਦੇ ਆ, ਉਹਨਾਂ ਦੀ ਕੌਲ ਵੀ ਸੀਗੀ ਪ੍ਰੋਡਕਸ਼ਨ ਦੇ ਵਿੱਚੋਂ, ਅਤੇ ਮੈਂ ਕਿਹਾ ਡੈਫੀਨੇਟਲੀ, ਹਾਲਾਂਕਿ ਮੇਰੀ ਅੱਜ ਫਲਾਈਟ ਸੀ, ਅਸੀਂ ਕੱਲ੍ਹ ਹੈਦਰਾਬਾਦ ਸਾਡਾ ਸ਼ੋਅ ਆ, ਮੈਂ ਫਲਾਈਟ ਕੈਂਸਲ ਕੀਤੀ। ਇਸੇ ਕਰਕੇ ਸਰਤਾਜ ਸਾਹਿਬ ਨੂੰ ਪਿਆਰ ਅਤੇ ਮੁਹੱਬਤ ਵਰਗਾ ਇਨਸਾਨ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਨੇ ਯੂਨੋ ਇਹਨਾਂ ਨਾਲ ਟਾਈਮ ਸਪੈਂਡ ਕਰ ਲਿਆ ਨਾ, ਉਹ ਮਤਲਬ ਕਿ ਜਿਹੜੇ ਕਲੋਜ਼ ਵਨਸ ਹੁੰਦੇ ਨੇ ਸਰਤਾਜ ਸਾਹਿਬ, ਉਹਨਾਂ ਵਾਸਤੇ ਕਦੀ ਨਾ ਨਿਕਲ ਹੀ ਨਹੀਂ ਬਣਦੇ। ਹਾਂਜੀ ਹਾਂਜੀ, ਸੋ ਮੈਂ ਤੁਹਾਨੂੰ ਉਹੀ ਕਹਿੰਦਾ ਕਿ ਮੈਂ ਇਸ ਚੀਜ਼ ਦੀ ਬਹੁਤ ਕਦਰ ਵੀ ਕਰਦਾ, ਸਤਿਕਾਰ ਵੀ ਕਰਦਾ। ਮੇਰੇ ਲਈ ਮੈਂ ਕੱਲ੍ਹ ਬਹੁਤ ਕਲੀਅਰ ਅੱਜ ਕਰਨੀ ਚਾਹੁੰਦਾ ਤੁਹਾਡੀ ਨਿਊਜ਼ 18 'ਤੇ, ਬਹੁਤ ਸਾਲ ਇੱਕ ਡੈਕੇਡ ਮੇਰੇ 'ਤੇ ਇੱਕ ਕਹਿ ਲਓ ਕਿ ਇੱਕ ਫਿਨੋਮਨਾ ਜਿਹਾ ਬਣਿਆ ਰਿਹਾ, ਟੈਗ ਜਿਹਾ ਲੱਗ ਰਿਹਾ ਕਿ ਯਾਰ ਉਹ ਪਤਾ ਨਹੀਂ ਮਿਲਦੇ ਨਹੀਂ ਕਿਸੇ ਨੂੰ, ਜਾਂ ਤਾਂ ਉਹ ਬਹੁਤ ਗਰੂਰ ਰੱਖਦੇ ਆ, ਜਾਂ ਪਤਾ ਨਹੀਂ ਇੰਟਰੋਵਰਟ ਆ, ਜਾਂ ਕੋਈ ਇੱਕ ਗੱਲ ਆ। ਉਹ ਇਸ਼ੂ ਇਹ ਹੁੰਦਾ ਸੀਗਾ ਕਿ ਮੇਰੇ, ਜਾਂ ਤਾਂ ਹੋ ਸਕਦਾ ਮੇਰੇ ਤੱਕ ਮੇਰੀ ਜ਼ਿਆਦਾ ਤੋਂ ਕਦਾਂ ਰਾਬਤਾ ਨਹੀਂ ਹੈਗਾ, ਅਤੇ ਟੀਮ ਨਾਲ ਜਦੋਂ ਹੁੰਦਾ ਹੋਊਗਾ ਸ਼ਾਇਦ ਉਹ ਵਾਰ ਵਾਰ ਟਾਲ ਦਿੰਦੇ ਹੋਣੇ, ਮੈਨੂੰ ਇਹ ਪਤਾ ਨਹੀਂ ਹੁੰਦਾ ਸੀਗਾ। ਪਰ ਜਦੋਂ ਜਦੋਂ ਤੱਕ ਮੇਰੇ ਕੋਲ ਕੋਈ ਬੰਦਾ ਪਹੁੰਚਦਾ ਆ, ਉਸ ਤੋਂ ਬਾਅਦ ਉਹਦੀ ਰਾਏ ਤਬਦੀਲ ਹੁੰਦੀ ਹੁੰਦੀ ਸੀ ਕਿ ਯਾਰ ਨਹੀਂ ਉਹ ਤਾਂ ਵਧੀਆ ਬੰਦੇ ਨੇ, ਉਹ ਤਾਂ ਬੜੇ ਨਾ ਕੂਲ ਨੇ, ਗੱਲਾਂ ਕਰਦੇ ਇਹ ਥਿੰਕਿੰਗ ਜਿਹੜੀ ਚੇਂਜ ਹੋਈ ਸੀਗੀ। ਐਂਡ ਸਰਦਾਰ ਸਾਹਿਬ ਜਿਹੜੀ ਚੀਜ਼ ਨਾ ਮੈਨੂੰ ਉਹਨੇ ਪਰਸਨਲ ਤੌਰ 'ਤੇ ਬਹੁਤ ਹਰਟ ਕੀਤੀ ਸੀਗੀ, ਇੱਕ ਚੀਜ਼ ਜਿਹੜੀ ਮੇਰੇ ਦਿਲ 'ਚ ਆਈ ਕਿ ਕਲਾਕਾਰ ਦੀ ਜ਼ਿੰਦਗੀ ਦਾ ਪਾਰਟ ਹੁੰਦਾ ਆ, ਹੈ ਨਾ, ਵੀ ਗਾਉਣਾ ਸਟੇਜ। ਐਂਡ ਤੁਹਾਡੀ ਜ਼ਿੰਦਗੀ ਨੂੰ ਮੈਂ ਬਹੁਤ ਬਖੂਬੀ ਤਰੀਕੇ ਨਾਲ ਸਮਝ ਸਕਦਾ, ਕਿਉਂਕਿ ਮੇਰਾ ਵੀ ਕਿਤੇ ਨਾ ਕਿਤੇ ਟੇਸਟ ਤੁਹਾਡੇ ਗੀਤਾਂ ਵਰਗਾ ਹੀ ਆ। ਇੱਕ ਚੀਜ਼ ਮੈਨੂੰ ਬਹੁਤ ਫੀਲ ਕੀਤੀ ਜਦੋਂ ਤੁਹਾਡਾ ਪਟਿਆਲੇ ਸ਼ੋਅ ਕੈਂਸਲ ਹੋਇਆ ਸੀਗਾ, ਮਤਲਬ ਜਦੋਂ ਕਿਸੇ ਕਲਾਕਾਰ ਦੇ ਹਿੱਸੇ ਚੀਜ਼ਾਂ ਆਉਂਦੀਆਂ ਨੇ, ਤਾਂ ਸਭ ਉਸ ਟਾਈਮ ਤੁਸੀਂ ਹਰਟ ਹੋਏ ਸੀ, ਕਿਉਂਕਿ ਫਸਟ ਟਾਈਮ ਇੱਦਾਂ ਹੋਇਆ ਕਿ ਕਿਸੇ ਕਲਾਕਾਰ ਦੀ ਯੂਨੋ ਸਟੇਜ 'ਚ ਥੋੜ੍ਹਾ ਜਿਹਾ ਉਹ ਹੋਇਆ। ਬਟ ਮੈਂ ਚਾਹੂੰਗਾ ਜ਼ਰੂਰ ਤੁਸੀਂ ਉਹਦੇ ਬਾਰੇ ਥੋੜ੍ਹਾ ਜਿਹਾ। ਨਹੀਂ, ਉਹ ਬੇਸਿਕਲੀ ਕਿਉਂਕਿ ਰੂਲਸ ਐਂਡ ਰੈਗੂਲੇਸ਼ਨ ਤਾਂ ਸਾਰਿਆਂ ਲਈ ਹੋਣੇ ਚਾਹੀਦੇ ਆ, ਉਹ ਠੀਕ ਗੱਲ ਆ ਕਿ ਮੇਰੇ ਖਿਆਲ ਜਿਹੜੀ ਹਾਈ ਸੁਪਰੀਮ ਕੋਰਟ ਦੀ ਆ ਜਾਂ ਹਾਈ ਕੋਰਟ ਦੇ ਆਰਡਰਸ ਹੁੰਦੇ ਆ ਕਿ ਇੱਕ ਪਰਟੀਕੁਲਰ ਟਾਈਮ ਤੱਕ ਹੀ ਤੁਸੀਂ ਜਿਹੜਾ ਸਾਊਂਡ ਇਕਿਊਪਮੈਂਟ ਆ ਉਹ ਪਰਫੋਰਮ ਕਰ ਸਕਦੇ ਹਾਂ। ਸੋ ਉਹ ਲੀਗਲੀ ਰੋਂਗ ਨਹੀਂ ਕੋਈ ਵੀ ਚੀਜ਼ ਸੀਗੀ, ਪਰ ਜੇਕਰ ਤੁਹਾਨੂੰ ਕੋਈ ਵੇਟੇਜ ਦੇ ਦਿੰਦਾ, ਖੁੱਲ੍ਹ ਦੇ ਦਿੰਦਾ ਕਿ ਚਲੋ ਠੀਕ ਹੈ ਭਾਜੀ ਹੋਰ ਗੱਲ ਹੋ ਪਿਆਰ ਖਿੱਚ ਰਿਹਾ ਸੀਗਾ, ਅਤੇ ਉਹ 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 ਤੁਹਾਡੇ ਲਈ ਵਿਭਾਗ ਹੁੰਦਾ, ਉਹ ਤੁਹਾਡੇ ਲਈ ਖੁਸ਼ਨਸੀਬੀ ਹੁੰਦੀ, ਬੋਨਸ ਹੁੰਦਾ। ਅਦਰਵਾਈਜ਼ ਇਹ ਹੁੰਦਾ ਕਿ ਜੋ ਵੀ ਤੁਹਾਡੀ ਕੰਟਰੀ ਦੇ ਰੂਲਸ ਐਂਡ ਰੈਗੂਲੇਸ਼ਨ ਹੈ, ਯੂ ਹੈਵ ਟੂ ਫੋਲੋ ਅਕੋਰਡਿੰਗਲੀ। ਵੀ ਜਦੋਂ ਤੁਸੀਂ ਪਰਫੋਰਮੈਂਸ ਕਰਦੇ ਹੋ, ਜਿਹੜੇ ਅਲਫਾਜ਼ ਤੁਸੀਂ ਔਨ ਦਾ ਸਪੋਟ ਤੁਸੀਂ ਬੋਲ ਦਿੰਦੇ ਹੋ ਸਰਤਾਜ ਸਾਹਿਬ, ਇਹ ਐਕਚੁਅਲ 'ਚ ਹੈ ਕੀ? ਕਿਉਂਕਿ ਮੈਨੂੰ ਲੱਗਦਾ ਕਿ ਬਹੁਤ ਵੱਡਾ ਟਾਸਕ ਹੈ, ਇੱਕ ਤਾਂ ਪਰਫੋਰਮੈਂਸ ਲਾਈਵ ਹੈ, ਦੂਜੀ ਗੱਲ ਇਹ ਕਿ ਤੁਸੀਂ ਨਾ ਉਸ ਮਾਹੌਲ ਦੇ ਇਰਦ ਗਿਰਦ ਹੀ ਰਹਿ ਕੇ ਤੁਸੀਂ ਕੋਈ ਨਾ ਕੋਈ ਐਸੀ ਸ਼ਾਇਰਾਨਾ ਚੀਜ਼ ਕਹਿ ਦਿੰਦੇ ਹੋ ਜਿਹਦੇ ਕਰਕੇ ਆਡੀਅੰਸ ਤੁਹਾਡੀ ਹੋਰ ਦੀਵਾਨੀ ਹੋ ਜਾਂਦੀ ਹੈ, ਇਹ ਕੀ ਰਾਜ ਹੈ ਸਰਦਾਰ ਸਾਹਿਬ?
ਮੈਨੂੰ ਲੱਗਦਾ ਜੇ ਕਿਸੇ ਨੇ ਮੇਰੀ ਸਿਰਫ ਇੱਕੋ ਇੱਕ ਖੂਬੀ ਦੱਸਣੀ ਹੋਵੇ ਨਾ ਬੀਇੰਗ ਡਾਕਟਰ ਸਤਿੰਦਰ ਸਰਤਾਜ, ਉਹ ਹੈ ਕਿ ਮੈਂ ਬਹੁਤ ਹੀ ਫੋਕਸਡ ਹਿਊਮਨ ਹਾਂ। ਯੈਸ, ਮੈਂ ਜਿੱਥੇ ਹਾਜ਼ਰ ਹਾਂ 100% ਉੱਥੇ ਹਾਜ਼ਰ ਹਾਂ। ਅਤੇ ਜਦੋਂ ਤੁਸੀਂ ਇੱਕ ਥਾਂ 'ਤੇ ਇਕਾਗਰਤਾ ਇਹਨੂੰ ਕਹਿੰਦੇ ਆ, ਇੱਕ ਸੁਰਤਾ ਇਹਨੂੰ ਕਹਿੰਦੇ ਆ ਪੰਜਾਬੀ ਦੇ ਵਿੱਚ, ਅਤੇ ਇੰਗਲਿਸ਼ ਦੇ ਵਿੱਚ ਇਹਨੂੰ ਕਹਿ ਲਓ ਕਿ ਤੁਸੀਂ ਬਹੁਤ ਹੀ ਕੰਟੈਂਟ ਸੈਟਲਡ ਐਂਡ ਫੋਕਸਡ ਪਰਸਨ ਹੋ, ਅਤੇ ਜਦੋਂ ਤੁਸੀਂ ਉੱਥੇ ਹਾਜ਼ਰ ਹਾਂ ਫਿਰ ਤੁਹਾਨੂੰ ਸਿਰਫ ਉਹੀ ਚੁਗਿਰਦਾ ਦਿਖਦਾ, ਤੁਹਾਨੂੰ ਲੱਗਦਾ ਕਿ ਇਹ ਲੋਕ ਟਿਕਟ ਲੈ ਕੇ ਤੁਹਾਡੇ ਲਈ ਆਏ ਆ, ਯੂ ਹੈਵ ਟੂ ਗਿਵ ਯੂਅਰ 1000% ਟੂ ਦੈਮ। ਉਦੋਂ ਫਿਰ ਜਿਹੜੇ ਤੁਹਾਡਾ ਦਿਲ ਬਲਾਜ਼ਮ ਕਰਦਾ, ਤੁਸੀਂ ਖੁਸ਼ ਹੋ ਕਿਉਂਕਿ ਲੋਕਾਂ ਨੂੰ ਤੁਸੀਂ ਖੁਸ਼ ਕਰਨਾ, ਫਿਰ ਉਹ ਜਿਵੇਂ ਨਹੀਂ ਹੁੰਦਾ ਕਿ ਤੁਸੀਂ ਆਏ ਕਿ ਅਸੀਂ ਅੱਜ ਕਾਨਪੁਰ ਆਏ ਹਾਂ ਜੀ, ਇੱਥੇ ਇਹ ਮਾਹੌਲ ਹੈ ਜੀ, ਦਿਸ ਐਂਡ ਦੈਟ, ਅਸੀਂ ਅੱਜ ਹੈਦਰਾਬਾਦ ਚੱਲੇ ਹਾਂ। ਭਾਵੇਂ ਹਿਮਾਚਲ ਜਾਣ, ਚੰਡੀਗੜ੍ਹ ਰਹਿਣ, ਪੰਚਕੂਲੇ ਜਾਣ, ਪਟਿਆਲੇ ਜਾਣ, ਇਹਨਾਂ ਨੇ ਉਸ ਸ਼ਹਿਰ ਦੇ ਲੋਕਾਂ ਦੇ ਬਾਰੇ ਕੁਛ ਨਾ ਕੁਛ ਅਲਫਾਜ਼ ਨਾਲ ਗੇਰ ਹੀ ਦੇਣੇ ਨੇ। ਹਾਂ ਹਾਂ, ਸਹੀ ਗੱਲ ਆ। ਜੰਮੂ ਹੋਵੇ, ਬਠਿੰਡਾ ਹੋਵੇ, ਜਿੱਥੇ ਹਰ ਜਗ੍ਹਾ 'ਤੇ ਜਾਂ ਤਾਂ ਸ਼ਾਇਰੀ ਬਣ ਜਾਂਦੀ ਹੈ ਜਾਂ ਉੱਥੇ ਬੈਠੇ ਬੈਠੇ ਮੈਂ ਕੁਛ ਗਾ ਦਿੰਦਾ। ਅਤੇ ਦੂਸਰੀ ਇਹ ਖੂਬੀ ਹੁੰਦੀ ਹੈ ਕਿ ਕਿਸੇ ਵੀ ਕੌਂਸਰਟ ਦੇ ਵਿੱਚ ਫਸਟ ਸੌਂਗ ਜਿਹੜਾ ਹੁੰਦਾ ਮੇਰਾ, ਉਹ ਮੈਂ ਜ਼ਿੰਦਗੀ 'ਚ ਕਦੇ ਕਿਤੇ ਰਿਲੀਜ਼ ਤਾਂ ਕੀ ਕਰਨਾ ਵੈਸੇ ਵੀ ਨਹੀਂ ਗਾਇਆ ਹੁੰਦਾ, ਉਹ ਮਿਊਜ਼ੀਸ਼ੀਅਨ ਨੇ ਵੀ ਨਹੀਂ ਸੁਣਿਆ ਹੁੰਦਾ। ਸਮਟਾਈਮਸ ਮੈਂ ਸਟੇਜ 'ਤੇ ਉਹਨਾਂ, ਕਈ ਵਾਰੀ ਮਿਊਜ਼ੀਸ਼ੀਅਨ ਪਹਿਲਾਂ ਬੈਠੇ ਹੁੰਦੇ ਆ, ਠੀਕ ਹੈ, ਫਿਰ ਉਹ ਮੈਂ ਸਾਜ਼ੇ ਸਰਤਾਜ ਰੱਖੇ ਤਾਂ ਹੋਇਆ ਕਿ ਪੈਟਰਨ ਇਹਦੇ 'ਤੇ ਵਜਾ ਦੂੰਗਾ, ਇਹਨੂੰ ਡੀ ਸ਼ਾਰਪ ਮਾਈਨਰ ਇਹਨੂੰ ਦੱਸ ਦੂੰਗਾ, ਆਪ ਹੀ ਚੱਕਾਰੀ ਲੈਣਗੇ। ਸੋ ਉਹ ਇੱਕ ਬਿਊਟੀ ਆ, ਮਤਲਬ ਉਹ ਜਿਹੜੀ ਇੱਕ ਇੰਸਟਿੰਕਟਿਵਨੈਸ ਆਫ ਪਰਫੋਰਮੈਂਸ ਹੈ ਨਾ, ਉਹ ਤਾਜ਼ਗੀ ਰੱਖਦੀ ਆ ਤੁਹਾਡੀ ਪਰਫੋਰਮੈਂਸ ਦੇ ਵਿੱਚ। ਆਰਟਿਸਟ ਵਾਸਤੇ, ਸਿੰਗਰਸ ਵਾਸਤੇ ਵੋਕਲਿਸਟ ਹੋਣਾ ਸਵੇਰ ਦਾ ਰਿਆਜ਼ ਮਾਇਨੇ ਕਰਦਾ 100%? ਨਹੀਂ ਨਹੀਂ, ਰਿਆਜ਼ ਤਾਂ ਕਿਸੇ ਦਾ ਵਕਤ ਦਾ ਵੀ ਮਾਇਨੇ ਰੱਖਦਾ ਹੈ, ਪਰ ਜਦੋਂ ਵੀ ਤੁਸੀਂ ਕਰ ਲਓ ਬਿਹਤਰ ਹੀ ਆ, ਕਿਉਂਕਿ ਜਿਹੜਾ ਵੋਕਲ ਹੈ ਇਹ ਵੀ ਤੁਹਾਡਾ ਸਾਜ਼ ਹੈ, ਇਹਨੂੰ ਇਨ ਟਿਊਨ ਰੱਖੋਗੇ, ਪ੍ਰੈਕਟਿਸਿੰਗ ਦੇ ਵਿੱਚ ਰੱਖੋਗੇ, ਤੁਸੀਂ ਆਸਾਨ ਰਹੋਗੇ, ਰੇਂਜ ਬੈਟਰ ਰਹੇਗੀ। ਮੈਂ ਰੀਸੈਂਟਲੀ ਹੁਣ ਮਿਖਲ ਕਾਨਪੁਰ ਦੀ ਗੱਲ ਸੀਗੀ, ਉਹ ਇਕਿਊਪਮੈਂਟ ਬਹੁਤ ਵਧੀਆ ਬੈਲੈਂਸ ਹੋਇਆ ਹੋਇਆ ਸੀਗਾ ਸਾਊਂਡ ਦਾ, ਅਤੇ ਮੈਂ ਜਿਵੇਂ ਹਾਰਮੋਨੀਅਮ ਦਾ ਥਰੜਾ ਸਾਹ ਹੁੰਦਾ ਨਾ ਖਰਚ, ਉਸ ਤੋਂ ਥੱਲੇ ਦਹਿਵਤ ਜਿਹੜਾ ਕਿ ਹਾਰਮੋਨੀਅਮ 'ਚ ਸੁਰ ਹੈ ਨਹੀਂ, ਉਹ ਵੀ ਨੋਟ ਲੱਗਾ ਸੀ ਉਧਰੋਂ ਉੱਪਰ ਪੰਚਮ ਤੱਕ। ਸੋ ਉਹ ਰੇਂਜ ਹੈ ਜਿਹੜੀ, ਜੇ ਮੇਨਟੇਨ ਰੱਖਣੀ ਉਹਦੀ, ਜ਼ਾਹਿਰ ਜਿਹੀ ਗੱਲ ਹੈ ਕਿ ਯੂ ਹੈਵ ਟੂ ਡੂ ਦੀ ਰਿਆਜ਼ ਐਂਡ ਪ੍ਰੈਕਟਿਸ। ਬਟ ਇਹ ਮੁਲਾਕਾਤ ਬਹੁਤ 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 ਜ਼ਿਆਦਾ ਸੋਹਣੀ ਸੀਗੀ, ਕਿਉਂਕਿ ਬੜੇ ਟਾਈਮ ਬਾਅਦ ਸੀਗੀ ਸਰਤਾਜ ਸਾਹਿਬ, ਕਦੀ ਇੱਦਾਂ ਹੋ ਨਹੀਂ ਸਕਦਾ ਕਿ ਤੁਹਾਡੇ ਗੀਤ ਤੋਂ ਕਲੋਜ਼ਿੰਗ ਨਾ ਹੋਵੇ। ਇੱਕ ਮੇਰਾ ਸਭ ਤੋਂ ਫੇਵਰੇਟ ਗੀਤ ਆ ਜਿਹੜਾ ਹੈਗਾ ਬੀਤ ਜਾਣੀ ਆ, ਉਹਦਾ ਅੰਤਰਾ ਪਲੱਸ ਮੈਂ ਜ਼ਰੂਰ ਸੁਣਨਾ ਚਾਹੂੰਗਾ ਪਲੀਜ਼। ਪੈਂਦੇ ਸਲਵੇ ਕੋਈ ਨਾ ਹਲਵੇ, ਚੱਲ ਦਿਲਾ ਆਪਣਾ ਟਿਕਾਣਾ ਮਲਵੇ, ਹਾਫਿਜ਼ ਖੁਦਾ ਚੱਲੇ ਅੰਬਰਾਂ ਦੇ ਰਾਹ, ਇੱਕ ਸਰਤਾਜ ਸਾਡੀ ਸੁਣ ਗੱਲ ਵੇ, ਸੁਣ ਗੱਲ ਵੇ, ਜਾ ਸ਼ਾਮਾਂ ਪੈਣੀਆਂ ਯਾਦਾਂ ਆ ਬਹਿਣੀਆਂ, ਸੂਹੇ ਸੂਹੇ ਰੰਗ ਫਿਰ ਕੋਲ ਦਾਰਵੀ, ਬੀਤ ਜਾਣੀਆਂ ਇਹ ਰੁੱਤਾਂ ਹਾਣੀਆਂ, ਜੇ ਨਾ ਮਾਣੀਆਂ ਟੋਲਦਾਰ ਵੀ, ਚੱਲੇ ਜਾਵਾਂਗੇ ਨਾ ਮੁੜ ਆਵਾਂਗੇ, ਵਾਰੀ ਵਾਰੀ ਦਰ ਭਾਵੇਂ ਖੋਲਦਾ ਰਮੀ।
ਹਰ ਮੁਲਾਕਾਤ ਇੱਦਾਂ ਹੀ ਤੁਸੀਂ ਸਪੈਸ਼ਲ ਬਣਾ ਦਿੰਦੇ ਹੋ ਆਪਣੇ ਅਲਫਾਜ਼ਾਂ ਅਤੇ ਆਪਣੇ ਗੀਤਾਂ ਦੇ ਨਾਲ। ਬਹੁਤ ਬਹੁਤ ਤੁਹਾਨੂੰ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਵਾਸਤੇ। ਐਂਡ ਆਈ ਹੋਪ ਤੁਹਾਡੇ ਵਾਸਤੇ 2024 ਹੋਰ ਜ਼ਿਆਦਾ ਸ਼ੋਜ਼ ਨਾਲ ਭਰਿਆ ਰਹੇ, ਕਿਉਂਕਿ ਜਿੰਨੇ ਸ਼ੋਜ਼ ਤੁਸੀਂ ਲਾਉਂਦੇ ਹੋ ਨਾ, ਇਹ ਸੁਪਨਿਆਂ ਵਰਗੀ ਜ਼ਿੰਦਗੀ ਹੁੰਦੀ ਹੈ ਜਿਹੜੀ ਤੁਸੀਂ ਜੀ ਰਹੇ ਹੋ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।